ਸ਼ਹੀਦ ਊਧਮ ਸਿੰਘ ਜੀ ਦੀ ਜਯੰਤੀ ਦੇ ਉੱਤੇ ਆਮ ਆਦਮੀ ਪਾਰਟੀ ਦੁਆਬਾ ਦੇ ਜ਼ਿਲ੍ਹਾ ਸਕੱਤਰ ਪਰਮਿੰਦਰ ਸਿੰਘ ਢੋਡ ਅਤੇ ਜ਼ਿਲ੍ਹਾ ਵਪਾਰ ਮੰਡਲ ਕਪੂਰਥਲਾ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਵਰਕਰਾਂ ਦੇ ਵੱਲੋਂ ਮਿਲ ਕੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਫੋਟੋ ਦੇ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੇ ਵੱਲੋਂ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਕੇ ਭਾਰਤ ਦੇ ਲਈ ਵੀਰਤਾ ਵਾਲਾ ਕੰਮ ਕਰ ਦਿਖਾਇਆ ਸੀ, ਜਿਨ੍ਹਾਂ ਦੀ ਵੀਰਤਾ ਅਤੇ ਸ਼ਹੀਦੀ ਨੂੰ ਅਸੀਂ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਵਾਂਗੇ। ਸਿੰਘ ਜੀ ਦਾ ਦਿਨ ਮਨਾਇਆ, ਉਹਨਾਂ ਦਾ ਜਨਮ ਦਿਹਾੜਾ ਅੱਜ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਗੂ ਇਕੱਠੇ ਹੋਏ ਹਾਂ, ਪਰਮਿੰਦਰ ਸਿੰਘ ਢੋਡ ਜੀ, ਮੈਂ ਕੰਵਰ ਇਕਬਾਲ ਸਿੰਘ, ਸ਼ੇਖਰ ਗੌਰਵ ਕੰਡਾ ਜੀ, ਕੁਲਵੰਤ ਔਜਲਾ ਜੀ, ਅਸੀਂ ਸਾਰੇ ਸਾਥੀ ਇਕੱਠੇ ਹੋ ਕੇ ਔਰ ਇਹ ਦਿਨ ਨੂੰ ਮਨਾ ਰਹੇ ਹਾਂ, ਕਿਉਂਕਿ ਸ਼ਹੀਦਾਂ ਦਾ ਜਿਹੜਾ ਹੈ ਦੇਣਾ ਉਹ ਅਸੀਂ ਨਹੀਂ ਦੇ ਸਕਦੇ, ਉਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਨੇ। ਉਹਨਾਂ ਨੇ ਜਿਹੜੀਆਂ ਵਧੀਕੀਆਂ ਹੋਈਆਂ ਉਹਨਾਂ ਦੇ ਖਿਲਾਫ਼ ਡਟ ਕੇ ਆਪਣੀ ਆਵਾਜ਼ ਬੁਲੰਦ ਕੀਤੀ ਔਰ ਸਾਨੂੰ ਇਹ ਪ੍ਰੇਰਨਾ ਮਿਲਦੀ ਸ਼ਹੀਦਾਂ ਤੋਂ ਕਿ ਉਹਨਾਂ ਨੇ ਛੋਟੀਆਂ ਉਮਰਾਂ ਦੇ ਵਿੱਚ ਹੀ ਬੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਸਾਡੇ ਹਿੰਦੁਸਤਾਨ ਨੂੰ, ਮਤਲਬ ਕਹਿ ਲਓ ਕਿ ਉਹਨਾਂ ਨੇ ਇੱਕ ਚਾਨਣ ਮੁਨਾਰਾ ਬਣ ਕੇ ਹਿੰਦੁਸਤਾਨ ਦੀ ਅਗਵਾਈ ਕੀਤੀ ਹੈ। ਅੱਜ ਅਸੀਂ ਇਹ ਜਿਹੜਾ ਦਿਨ ਮਨਾ ਰਹੇ ਹਾਂ ਸ਼ਹੀਦਾਂ ਦੀ ਯਾਦ ਵਿੱਚ, ਸ਼ਹੀਦ ਊਧਮ ਸਿੰਘ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਔਰ ਅਸੀਂ ਇੱਕ ਵਾਅਦਾ ਵੀ ਕਰਦੇ ਹਾਂ ਆਪਣੇ ਪੰਜਾਬ ਦੇ ਨਾਲ, ਪੰਜਾਬ ਵਾਸੀਆਂ ਦੇ ਨਾਲ, ਕਿ ਜਿਵੇਂ ਸਾਡੀ ਸਰਕਾਰ ਆਈ ਹੈ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ, ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਮਤਲਬ ਪ੍ਰਣ ਲਿਆ ਹੋਇਆ ਔਰ ਸਾਰੀ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਨੇ ਪ੍ਰਣ ਲਿਆ ਹੋਇਆ ਪੰਜਾਬ ਦੀ ਨੇ, ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਔਰ ਸਿਰਜਣ ਦੇ ਵਿੱਚ ਅਸੀਂ 90% ਕਾਮਯਾਬ ਹੋਏ ਹਾਂ। ਪਹਿਲ ਦੇ ਆਧਾਰ 'ਤੇ ਜੋ ਵੀ ਕਾਰਜ ਸਾਡੀ ਸਰਕਾਰ ਨੇ ਵਿੱਢੇ ਨੇ ਉਹਨਾਂ ਕਾਰਜਾਂ ਨੂੰ ਬੂਰ ਪੈ ਰਿਹਾ ਔਰ ਅਸੀਂ ਸ਼ਹੀਦ ਊਧਮ ਸਿੰਘ ਜੀ ਨੂੰ ਅੱਜ ਯਾਦ ਕਰਦੇ ਹੋਏ ਨਮਨ ਕਰਦੇ ਹਾਂ, ਫੁੱਲ ਅਰਪਿਤ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੇ ਜਿਹੜੇ ਸ਼ਹੀਦ ਸੀਗੇ ਉਹਨਾਂ ਵਿੱਚੋਂ ਸਿਰਮੌਰ ਨਾਮ ਜਿਹੜਾ ਸ਼ਹੀਦ ਊਧਮ ਸਿੰਘ, ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਜਨਮ ਦਿਹਾੜਾ ਹੈ, ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਸ਼ਹੀਦ ਨੇ ਉਹਨਾਂ ਦਾ ਸੁਪਨਿਆਂ ਦਾ ਸੂਬਾ ਕਦੋਂ ਬਣੇਗਾ ਔਰ ਕਿਸ ਤਰ੍ਹਾਂ ਸਾਨੂੰ ਸ਼ਹੀਦਾਂ ਦੀ ਪ੍ਰੇਰਣਾ 'ਤੇ ਚੱਲਣਾ ਚਾਹੀਦਾ? ਦੇਖੋ ਸਰਦਾਰ ਊਧਮ ਸਿੰਘ ਜੀ ਜੋ ਸਾਡੇ ਪ੍ਰੇਰਣਾ ਸਰੋਤ ਨੇ, ਉਹਨਾਂ ਨੇ ਇੱਕ ਸਾਨੂੰ ਇੱਕ ਇਹ ਸਾਡੇ ਲਈ ਇੱਕ ਪੂਰਨੇ ਪਾਏ ਨੇ ਕਿ ਬੰਦਾ ਕਿੰਨਾ ਮਰਜ਼ੀ ਤਕਲੀਫ ਵਿੱਚ ਹੋਵੇ, ਪਰਿਸਥਿਤੀਆਂ ਕਿੰਨੀਆਂ ਮਰਜ਼ੀ ਔਖੀਆਂ ਹੋਣ, ਨਾ ਅਨੁਕੂਲ ਹੋਣ, ਉਹਦੇ ਬਾਵਜੂਦ ਜੇ ਕੋਈ ਬੰਦਾ ਟੀਚਾ ਆਪਣਾ ਮਿੱਥ ਲਵੇ ਉੱਥੋਂ ਤੀਕਰ ਪਹੁੰਚਿਆ ਜਾਂਦਾ ਹੈ। ਉਹਨਾਂ ਨੇ ਇਹ ਟੀਚਾ ਮਿੱਥਿਆ ਕਿ ਮੈਂ ਜੋ ਜਿਹੜੇ ਜ਼ਿਲ੍ਹਿਆਂਵਾਲੇ ਬਾਗ ਦਾ ਦੋਸ਼ੀ ਹੈ ਉਸ ਤੋਂ ਬਦਲਾ ਲੈਣਾ ਹੈ ਔਰ ਉਸ ਦੇ ਲਈ ਉਹਨਾਂ ਨੇ ਜਿੰਨੇ ਮੁਸ਼ਕਤ ਘਾਲੇ, ਕਿਉਂਕਿ ਉਹਨਾਂ ਉਹ ਆਪ ਖੁਦ ਯਤੀਮ ਸੀਗੇ ਔਰ ਇਹਨਾਂ ਪਰਿਸਥਿਤੀਆਂ ਦੇ ਵਿੱਚ ਹੁੰਦਿਆਂ ਹੋਇਆ ਆਪਣੇ ਟੀਚੇ ਨੇ ਉਹਨਾਂ 25 ਸਾਲ ਲਾ ਕੇ ਆਪਣੇ ਟੀਚੇ ਤੀਕਰ ਪਹੁੰਚੇ ਔਰ ਆਪਣੇ ਜੋ ਬਣਦਾ ਬਦਲਾ ਡਾਇਰ ਕੋਲ ਜਾ ਕੇ ਲਿਆ ਔਰ ਉਹ ਇੱਕ ਪ੍ਰੇਰਣਾ ਸਰੋਤ ਹੈ ਕਿ ਪਰਿਸਥਿਤੀਆਂ ਜਿੰਨੀਆਂ ਮਰਜ਼ੀ ਤੁਹਾਡੇ ਵਰ ਖਿਲਾਫ ਹੋਣ, ਤੁਹਾਡਾ ਟੀਚਾ, ਤੁਹਾਡਾ ਮਨੋਰਥ ਇੱਕ ਸਹੀ ਹੋਣਾ ਚਾਹੀਦਾ, ਉਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਆਪਣੇ ਮੰਜ਼ਿਲ ਤੀਕਰ ਪਹੁੰਚਣ ਤੋਂ ਰੋਕ ਨਹੀਂ ਸਕਦੀ ਔਰ ਇਸੇ ਲਈ ਉਹ ਸਾਰਿਆਂ ਦੇ ਚਾਨਣ ਮੁਨਾਰਾ ਨੇ, ਸਾਰੀ ਜਿਹੜੀ ਯੰਗ ਜਨਰੇਸ਼ਨ ਨੇ ਪੰਜਾਬ ਜਿਹੜੇ ਪੰਜਾਬ ਦੇ ਹੋਣ ਚਾਹੇ ਇੰਡੀਆ ਦੇ, ਉਹਨਾਂ ਨੇ ਇੱਕ ਮੀਲ ਪੱਥਰ ਰੱਖਿਆ ਕਿ ਇਹੋ ਜਿਹੇ ਹਾਲਾਤ ਹੁੰਦਿਆਂ ਹੋਇਆ ਵੀ ਆਪਣੇ ਟੀਚੇ 'ਤੇ ਪਹੁੰਚਿਆ ਜਾ ਸਕਦਾ ਜੀ। ਲਾਈਵ ਤੇਜ਼ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ।